ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜੋ ਤੁਹਾਨੂੰ ਕਹਾਣੀ ਸੁਣਾਉਣ ਜਾ ਰਹੇ ਹਾਂ ਇਹ ਬਿਲਕੁਲ ਸੱਚੀ ਹੈ। ਜੇਕਰ ਕਹਾਣੀ ਪਸੰਦ ਆਵੇ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਰਾਣੋ ਹੁਣੀ 6 ਭੈਣਾਂ ਸਨ। ਘਰ ਵਿੱਚ ਅੱਤ ਦੀ ਗਰੀਬੀ, ਪਿਤਾ ਦਿਹਾੜੀਦਾਰ ਸੀ। ਕਦੇ ਦਿਹਾੜੀ ਮਿਲ ਜਾਂਦੀ ਤਾਂ ਰੋਟੀ ਪੱਕ ਜਾਂਦੀ, ਜੇਕਰ ਨਾ ਮਿਲਦੀ ਤਾਂ ਪਾਣੀ ਪੀ ਕੇ ਗੁਜ਼ਾਰਾ ਕਰਨਾ ਪੈਂਦਾ। ਦਿਨੋਂ ਦਿਨ ਬੱਚੇ ਵੱਡੇ ਹੋ ਰਹੇ ਸਨ ਅਤੇ ਘਰ ਦੇ ਹਾਲਾਤ ਮਾੜੇ ਹੁੰਦੇ ਜਾ ਰਹੇ ਸਨ। ਕੁਝ ਸਮਾਂ ਪਾ ਕੇ ਰਾਣੋ ਦੇ ਮਾਮਾ ਮਾਮੀ ਰਾਣੋ ਨੂੰ ਆਪਣੇ ਪਿੰਡ ਲੈ ਆਏ। ਰਾਣੋ ਦੀ ਮਾਂ ਨੇ ਸੋਚਿਆ, ਇੱਕ ਧੀ ਤਾਂ ਰੱਜ ਕੇ ਰੋਟੀ ਖਾਏਗੀ। 2 ਕੁ ਦਿਨ ਤਾਂ ਮਾਮਾ ਮਾਮੀ ਨੇ ਬਹੁਤ ਪਿਆਰ ਦਿਖਾਇਆ। ਮਾਮੇ ਮਾਮੀ ਦਾ ਪਿਆਰ ਦੇਖ ਕੇ ਰਾਣੋ ਬਹੁਤ ਖੁਸ਼ ਹੋਈ। ਫਿਰ ਇੱਕ ਦਿਨ ਦੁਪਹਿਰ ਵੇਲੇ ਮਾਮੇ ਨੇ ਰਾਣੋ ਨੂੰ ਕਿਹਾ ਕਿ ਮੱਝਾਂ ਨੂੰ ਪਾਣੀ ਪਿਆ ਦੇ। ਅੱਜ 1 ਮਹੀਨਾ ਹੋ ਗਿਆ ਨਾਨਕੇ ਆਇਆ ਨੂੰ। ਮੱਝਾਂ ਨੂੰ ਪੱਠੇ ਪਾਉਣੇ, ਪਾਣੀ ਪਿਆਉਣਾ, ਨਵਾਉਣਾ, ਘਰ ਦਾ ਸਾਰਾ ਕੰਮ ਕਰਨਾ ਰਾਣੋ ਲਈ ਆਮ ਗੱਲ ਹੋ ਗਈ ਸੀ। ਸਰਦੀਆਂ ਦੇ ਦਿਨਾਂ ਵਿੱਚ 4 ਵਜੇ ਉੱਠ ਕੇ ਪਹਿਲਾਂ ਘਰ ਦਾ ਕੰਮ ਅਤੇ ਫਿਰ ਮੱਝਾਂ ਵੱਲੋਂ ਵਿਹਲੇ ਹੋ ਕੇ ਜਦ ਰਾਣੋ ਨੇ ਬੈਠਣ ਦਾ ਸੋਚ ਰਹੀ ਹੋਣਾ ਤਾਂ ਮਾਮੀ ਦੀ ਕੜਕਦੀ ਆਵਾਜ਼ ਨੇ ਉਸਦੇ ਅੰਦਰ ਕਾਂਬਾ ਛੇੜ ਦੇਣਾ, ਕਿਉਂਕਿ ਰਾਤ ਦੀ ਸਬਜ਼ੀ ਅਤੇ ਰੋਟੀ ਦਾ ਫਿਕਰ ਵੀ ਰਾਣੋ ਨੂੰ ਹੁੰਦਾ ਸੀ। ਹੁਣ ਉਹ ਬੈਠਦੀ ਸੋਚਦੀ ਕਿ ਇਸ ਨਾਲੋਂ ਗਰੀਬੀ ਚੰਗੀ ਸੀ, ਕਿਉਂਕਿ ਮਾਮੀ ਮਾਮੇ ਵੱਲੋਂ ਪਈ ਸ਼ਮਕਾਂ ਦੀ ਮਾਰ ਕਿਤੇ ਜ਼ਿਆਦਾ ਦੁੱਖ ਦਿੰਦੀ ਸੀ। ਭੁੱਖੇ ਢਿੱਡ ਦਾ ਗੁਜ਼ਾਰਾ ਹੋ ਜਾਂਦਾ, ਪਰ ਜਦੋਂ ਸਰਦੀਆਂ ਵਿੱਚ ਸ਼ਮਕ ਦੀ ਮਾਰ ਦੇ ਜ਼ਖਮ ਉੱਠਦੇ ਤਾਂ ਉਸ ਵਿਚਾਰੀ ਚੀਜ਼ ਭਰ ਕੇ ਰਹਿ ਜਾਂਦੀ। ਹੌਲੀ ਹੌਲੀ ਉਸਦੀ ਜਵਾਨੀ ਢਲਦੀ ਜਾ ਰਹੀ ਸੀ। ਸਾਰਾ ਪਿੰਡ ਉਸ 'ਤੇ ਤਰਸ ਕਰਦਾ ਸੀ। ਇੱਕ ਦਿਨ ਪਿੰਡ ਦੇ ਪਾਠੀ ਨੇ ਉਸਦੇ ਮਾਮੇ ਨਾਲ ਗੱਲ ਕਰਕੇ ਉਸਦਾ ਵਿਆਹ ਆਪਣੇ ਰਿਸ਼ਤੇਦਾਰਾਂ ਵਿੱਚ ਚੰਗਾ ਮੁੰਡਾ ਦੇਖ ਕੇ ਕਰਾ ਦਿੱਤਾ। ਰਾਣੋ ਬਹੁਤ ਖੁਸ਼ ਸੀ ਕਿ ਜ਼ਿੰਦਗੀ ਸੁਧਰ ਜਾਵੇਗੀ, ਚੰਗੇ ਦਿਨ ਆ ਜਾਣਗੇ। ਮਾਮੇ ਮਾਮੀ ਨੂੰ ਕੁਝ ਵੀ ਦੇਣਾ ਨਹੀਂ ਪਿਆ, ਕਿਉਂਕਿ ਸਾਰੇ ਪਿੰਡ ਦੀ ਲਾਡਲੀ ਸੀ ਰਾਣੋ ਅਤੇ ਸਾਰਿਆਂ ਨੇ ਵੱਧ ਚੜ੍ਹ ਕੇ ਮਰਦ ਕੀਤੀ ਸੀ। ਵਿਆਹ ਨੂੰ 6 ਮਹੀਨੇ ਹੋ ਗਏ ਸਨ, ਪਰ ਇਹ 6 ਮਹੀਨੇ ਕਿਵੇਂ ਲੰਘ ਗਏ ਰਾਣੋ ਨੂੰ ਕੁਝ ਪਤਾ ਨਾ ਲੱਗਿਆ। ਰਾਣੋ ਨੂੰ ਜ਼ਿੰਦਗੀ ਸਵਰਗ ਜਾਪ ਰਹੀ ਸੀ। ਉਸਨੂੰ ਮਾਮੇ ਮਾਮੀ ਵੱਲੋਂ ਮਿਲੇ ਦੁੱਖ ਹੌਲੀ ਹੌਲੀ ਭੁੱਲ ਰਹੇ ਸਨ। ਪਰ ਕਹਿੰਦੇ ਨਾ, ਕਈਆਂ ਦੀ ਜ਼ਿੰਦਗੀ ਵਿੱਚ ਪਰਮਾਤਮਾ ਸੁੱਖ ਲਿਖਣਾ ਭੁੱਲ ਜਾਂਦਾ ਹੈ। ਇੱਕ ਐਸਾ ਐਕਸੀਡੈਂਟ ਹੋਇਆ ਕਿ ਉਸਦੇ ਪਤੀ ਦੀ ਮੌਤ ਹੋ ਗਈ। ਰਾਣੋ ਉਸ ਸਮੇਂ ਬਿਲਕੁਲ ਪੱਥਰ ਦਾ ਬੁੱਤ ਬਣ ਗਈ, ਕਿਉਂਕਿ ਉਸਨੂੰ ਆਉਣ ਵਾਲਾ ਨਰਕ ਫਿਰ ਤੋਂ ਦਿਖਾਈ ਦੇ ਰਿਹਾ ਸੀ। ਭੋਗ ਤੋਂ ਬਾਅਦ ਵਾਪਸ ਪਿੰਡ ਆਉਣਾ ਸੀ, ਕਿਉਂਕਿ ਸਹੁਰੇ ਪਰਿਵਾਰ ਵਿੱਚ ਰਹਿਣਾ ਵੀ ਔਖਾ ਸੀ। ਪਰ ਮਾਮਾ ਮਾਮੀ ਅੱਖਾਂ ਵਿੱਚ ਅੱਥਰੂ ਭਰ ਕੇ ਰਿਸ਼ਤੇਦਾਰਾਂ ਸਾਹਮਣੇ ਖੰਡ ਕਰ ਰਹੇ ਸੀ। ਉਹ ਕਹਿ ਰਹੇ ਸੀ ਕਿ ਸਾਡੀ ਧੀ ਨਾਲ ਸਾਨੂੰ ਬਹੁਤ ਹਮਦਰਦੀ ਹੈ, ਅਸੀਂ ਇਸਨੂੰ ਆਪਣੇ ਕੋਲ ਰੱਖਾਂਗੇ। ਪਰ ਰਾਣੋ ਨੂੰ ਸਭ ਪਤਾ ਸੀ ਕਿ ਹਮਦਰਦੀ ਕਿਉਂ ਹੋ ਰਹੀ ਹੈ। ਸਭ ਚਲਦੀ ਦੇ ਗਾਖਣ ਅੱਜ 4 ਸਾਲ ਬੀਤ ਗਏ ਸਨ। ਰਾਣੋ ਫਿਰ ਮਿੱਟੀ ਨਾਲ ਮਿੱਟੀ ਹੋਈ ਮੱਝਾਂ ਚਾਰ ਰਹੀ ਸੀ ਅਤੇ ਮੱਝ ਵੱਲ ਵੇਖ ਕੇ ਆਪਣੀ ਜ਼ਿੰਦਗੀ ਦੇ ਉਹ ਪਲ ਯਾਦ ਕਰ ਰਹੀ ਸੀ ਕਿ ਮੇਰੀ ਜ਼ਿੰਦਗੀ ਦੇ ਰੰਗ ਇੰਨੇ ਫਿੱਕੇ ਕਿਉਂ ਹੋ ਗਏ ਹਨ, ਮੈਂ ਕੀ ਗੁਨਾਹ ਕੀਤਾ ਹੈ ਜਿਨ੍ਹਾਂ ਦੀ ਮੈਨੂੰ ਸਜ਼ਾ ਮਿਲ ਰਹੀ ਹੈ।